ਐ ਮੇਰਿਆ ਮਾਲਕਾ, ਉਹ ਚੰਗੇ ਭਾਗ ਲਿਖੇ ਸੀ ਜਿਹੜਾ ਇਸ ਦਰ ਦੀ ਗੁਲਾਮੀ ਅੱਜ ਮੱਥਾ ਟੇਕ ਕੇ। ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ। ਸੂਫੀਆਂ ਦੇ ਸਰਦਾਰ ਗੰਜੇ ਸ਼ਕਰ ਬਖ ਫਰੀਦ ਜਾਂ ਫਰੀਦ, ਬਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ। ਇੱਥੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ, ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ। ਇਹ ਤਸਵੀਰਾਂ ਨੇ ਫਰੀਦਕੋਟ ਦੀਆਂ, ਜਿੱਥੇ ਹੰਸਰਾਜ ਹੰਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਲਗਾਤਾਰ ਸਕਰੀਨ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲਈ ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਸੀ, ਜਿਸ ਦੇ ਵਿੱਚ ਫਰੀਦਕੋਟ ਸੀਟ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਭਾਜਪਾ ਨੇ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ। ਇਸ ਸੀਟ ਨੂੰ ਕਾਫੀ ਅਹਿਮ ਵੀ ਮੰਨਿਆ ਜਾ ਰਿਹਾ, ਕਿਉਂਕਿ ਇਸ ਨੂੰ ਕਲਾਕਾਰ ਵਾਲੀ ਸੀਟ ਵੀ ਆਖਿਆ ਜਾ ਰਿਹਾ, ਕਿਉਂ ਕਾਫੀ ਤਗੜਾ ਮੁਕਾਬਲਾ ਦੇਖਣ ਨੂੰ ਮਿਲੇਗਾ ਫਰੀਦਕੋਟ ਤੋਂ। ਜੇਕਰ ਮੌਜੂਦਾ ਐਮ ਪੀ ਦੀ ਗੱਲ ਕਰਦੇ ਹਾਂ ਤਾਂ ਮੁਹੰਮਦ ਸਦੀਕ ਨੇ ਮੌਜੂਦਾ ਐਮ ਪੀ ਫਰੀਦਕੋਟ ਦੇ। ਸੋ ਇਹ ਲਗਾਤਾਰ ਤਸਵੀਰਾਂ ਨੇ। ਹੁਣ ਜੇਕਰ ਇਸ ਤਸਵੀਰਾਂ ਦੇ ਉੱਪਰ ਮੁੜ ਤੋਂ ਆਈਏ ਤਾਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਕਿ ਕੁਝ ਕਿਸਾਨਾਂ ਨੇ ਵੀ ਕਿਹਾ ਉਹ ਵੀ ਸੁਣਾਉਂਦੇ ਹਾਂ, ਅਤੇ ਇਸ ਪੂਰੇ ਵਿਰੋਧ ਦਾ ਹੰਸਰਾਜ ਹੰਸ ਦਾ ਮੀਡੀਆ ਦੇ ਸਾਹਮਣੇ ਕੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਅਸੀਂ ਦਿੱਲੀ ਆਪਦੀਆਂ ਮੰਗਾਂ ਲੈ ਕੇ ਗਏ ਸੀ ਬੀਜੇਪੀ ਸਰਕਾਰ ਨੂੰ ਦੱਸਣ ਵਾਸਤੇ ਵੀ ਆਹ ਕੁਛ ਸਾਡੀਆਂ ਮੰਗਾਂ, ਇਹਨਾਂ ਦਾ ਮੰਗਾਂ ਦਾ ਹੱਲ ਕੀਤਾ ਜਾਵੇ। ਇਹਨਾਂ ਨੇ ਸਾਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਸੀ, ਉਹਦੇ ਕਰਕੇ ਅਸੀਂ ਇਹਨਾਂ ਨੂੰ ਪੰਜਾਬ 'ਚ ਹਰੇਕ ਪਿੰਡ 'ਚ ਹਰੇਕ ਜ਼ਿਲ੍ਹੇ 'ਚ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ, ਤਾਂ ਜੋ ਜਦੋਂ ਸਾਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਸੀ ਅਸੀਂ ਇਹਨਾਂ ਨੂੰ ਪੰਜਾਬ 'ਚ ਚਾਹੇ ਪਿੰਡਾਂ 'ਚ ਨਾ ਵੜਨ ਦਿੱਤਾ ਜਾਵੇ। ਦੇਖੀ ਜਾਂਦੇ ਹੋ ਤੁਸੀਂ ਜੀ, ਅੱਗੇ ਵੀ ਜੋ ਫੈਸਲੇ ਕੀਤੇ ਆ ਮੋਦੀ ਸਾਹਿਬ ਨੇ ਅੰਦਰ ਬਹਿ ਕੇ ਕੀਤੇ ਆ, ਮੰਦਰ ਵਾਲਾ ਹੋਵੇ ਚਾਹੇ ਹੋਰ ਜਿੰਨੇ ਵੀ ਫੈਸਲੇ ਕੀਤੇ ਉਹਨੇ, ਅੱਜ ਤੀਕਰ ਕਿਸੇ ਵੀ ਜਿਹੜੇ ਉਹਦੇ ਮੰਤਰੀ ਸੰਤਰੀ ਕਿਸੇ ਨੂੰ ਨਹੀਂ ਪੁੱਛਿਆ, ਜੋ ਫੈਸਲਾ ਕਰਨਾ ਕਾਨੂੰਨ ਵਾਪਸ ਬਣਾਏ ਕਾਨੂੰਨ, ਉਦੋਂ ਵੀ ਫੈਸਲਾ ਆਪਦਾ, ਜਦੋਂ ਕਾਨੂੰਨ ਵਾਪਸ ਲਏ ਉਦੋਂ ਵੀ ਫੈਸਲਾ ਉਹਦਾ ਆਪਦਾ। ਜੇ ਮੋਦੀ ਸਾਹਿਬ ਆ ਜਾਂਦੇ ਆ ਦੂਰ ਯਾਰ, ਇੰਨੀ ਤਾਨਾਸ਼ਾਹੀ ਵੱਧ ਜੂਗੀ, ਕਿਸੇ ਵੀ ਆ ਜਿਹੜੇ ਮਾੜੇ ਲੋਕ ਆ ਇਹ ਬਾਹਰ ਨਹੀਂ ਨਿਕਲ ਸਕਣਗੇ, ਕੋਈ ਪ੍ਰਦਰਸ਼ਨ ਨਹੀਂ ਕਰ ਸਕਦੇ। ਜਿਹੜੇ ਦੁਕਾਨਦਾਰ ਆ ਮਾੜੇ ਵੱਡੇ ਵੱਡੇ ਮੌਲ ਖੋਲ੍ਹਦੇ ਆ, ਕੋਈ ਸਾਰੇ ਮਰਨ ਦੇ ਕਿਨਾਰੇ ਪਹੁੰਚ ਜਾਣਗੇ। ਬੀਜੇਪੀ ਦਾ ਜਦੋਂ ਵੀ ਕੈਂਡੀਡੇਟ ਕੋਈ ਵੀ ਆਊਗਾ ਬੀਜੇਪੀ ਦਾ, ਅਸੀਂ ਉਹਦੇ ਵਿਰੋਧ ਕਰਾਂਗੇ। ਸੰਯੁਕਤ ਮੋਰਚੇ ਦੀ ਕਾਲ ਆ ਇਹ, ਹਰੇਕ ਪਿੰਡ 'ਚ ਹਰੇਕ ਸ਼ਹਿਰ 'ਚ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ। ਜ਼ਿੰਦਗੀ ਦਾ ਸਫ਼ਰ ਪਹਿਲਾਂ ਸੰਗੀਤ ਦਾ ਸਫ਼ਰ, ਫਿਰ ਦੂਜੀ ਪਾਰੀ ਆ ਜਿਹੜਾ ਸੇਵਾ ਦਾ ਸਫ਼ਰ, ਜਿਹਨੂੰ ਸਿਆਸਤ ਵੀ ਕਹਿੰਦੇ ਆ। ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ। ਸੂਫੀਆਂ ਦੇ ਸਰਤਾਜ ਗੰਜੇ ਸ਼ਕਰ ਬਖ ਫਰੀਦ ਜਾਂ ਫਰੀਦ, ਬਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ। ਇੱਥੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ, ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ। ਮੈਂ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਹਿੰਦਾ, ਐ ਮੇਰਿਆ ਮਾਲਕਾ, ਕੋਈ ਚੰਗੇ ਹੀ ਭਾਗ ਲਿਖੇ ਸੀ ਜਿਹੜਾ ਇਸ ਦਰ ਦੀ ਗੁਲਾਮੀ ਅੱਜ ਮੱਥਾ ਟੇਕ ਕੇ। ਔਰ ਮੈਂ ਇਹ ਪੜ੍ਹਨ ਲਿਆ ਕਿ ਇਹ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਮੈਂ, ਇਹ ਐਡਾ ਮੁਕੱਦਸ ਸ਼ਹਿਰ ਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ। ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਆ। ਸੋ ਇਸ ਕਰਕੇ ਮੈਂ ਇੱਕ ਅਦਨਾ ਜਿਹਾ ਗੁਨਾਹਗਾਰ ਦੁਨੀਆਦਾਰ ਤੁਹਾਡੇ
ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਕਹਿੰਦੇ ਦੋ ਤਾਰ ਸਰੰਗੀਆਂ ਦੀ, ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆਂ ਸੰਗੀਆਂ ਦੀ। ਤੇ ਮੈਂ ਵੀ ਕਵਾਂਗਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹੇ ਦੁਰਵੇਸ਼ ਫਰੀਦਾ ਲੋਕ ਕਹੇ ਦੁਰਵੇਸ਼ ਲੋਕ ਕਹੇ ਦੁਰਵੇਸ਼ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਖ ਮਸੀਤ ਪੈਰਾਂ ਹੇਠ ਲਤਾੜੀਐ ਫਿਰ ਵੀ ਨਾ ਛਾਡੇ ਪ੍ਰੀਤ। ਬਹੁਤ ਸ਼ੁਕਰੀਆ। ਮੁਕਾਬਲੇ ਦਾ ਕਿਵੇਂ ਕੀ ਕਰਮਜੀਤ ਮੋਲ ਵੀ ਇੱਕ ਤੁਹਾਡੇ ਮੁਕਾਬਲੇ ਚ ਨੇ, ਹੋਰ ਵੀ ਲੱਗਦਾ ਵੀ ਕਲਾਕਾਰ ਆ ਸਕਦੇ ਨੇ? ਸਭ ਲਈ ਦੁਆਵਾਂ। ਮੇਰਾ ਜਨਮ ਮੁਹੱਬਤ ਲਈ ਹੋਇਆ, ਮੁਕਾਬਲਿਆਂ ਲਈ ਨਹੀਂ ਹੋਇਆ, ਲੜਨ ਲਈ ਨਹੀਂ ਹੋਇਆ, ਨਫ਼ਰਤ ਲਈ ਨਹੀਂ ਹੋਇਆ। ਮੈਂ ਪਹਿਲਾਂ ਹੀ ਕਹਿਤਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ, ਕਿਸੇ ਨਾਲ ਮੇਰੀ ਨਫ਼ਰਤ ਨਹੀਂ। ਪਰ ਤੁਸੀਂ ਪਤਾ ਕਿ ਕਿਤੇ ਕਿਤੇ ਕਿਸਾਨ ਵਿਰੋਧ ਕਰ ਰਹੇ ਨੇ, ਹਾਂਜੀ, ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿਤੇ ਕਿਤੇ ਦਿੱਕਤ ਸਾਨੂੰ ਆ ਸਕਦੀ ਆ? ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ, ਐਤਕੀ ਵੀ ਬੈਲੈਂਸਡ ਰਿਹਾ। ਸਿੰਘੂ ਬਾਰਡਰ, ਟਿੱਕਰੀ ਬਾਰਡਰ, ਸਾਰੇ ਬਾਰਡਰ ਮੇਰੀ ਕੌਂਸਟੀਚੁਐਂਸੀ ਸੀ। ਭਾਵੇਂ ਮੈਨੂੰ ਝਟਕਾ ਮਾਰ ਜੋ ਮਰਜ਼ੀ, ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ। ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ, ਮੈਂ ਕਿਹਾ ਗਾਲਾਂ ਗੁਲਾਂ ਬਾਅਦ ਚ ਕੱਢੋ, ਪਹਿਲਾਂ ਪਕੌੜੇ ਖਿਲਾਓ, ਮੈਨੂੰ ਭੁੱਖ ਬਹੁਤ ਲੱਗੀ ਆ। ਉਹਦੀ ਝੋਲੀ ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ। ਸਿੱਖਾਂ ਦੀ, ਕਿਸਾਨਾਂ ਦੀ, ਪੰਜਾਬੀਆਂ ਦੀ ਇਹ ਫਿਤਰਤ ਹੈ, ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ, ਜਿਹੜਾ ਆਕੜ ਚ ਰਵੇ ਉਹਦੀ ਆਕੜ ਭਰਨਾ ਜਾਣਦੇ ਆ। ਫਰੀਦਕੋਟ ਦੇ ਲੋਕਾਂ ਕਿਵੇਂ ਪਿਆਰ ਮਿਲ ਰਿਹਾ ਸਰ ਤੁਹਾਨੂੰ? ਫਰੀਦਕੋਟ ਅੱਜ ਪਹਿਲਾ ਦਿਨ ਆ, ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ, ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ। ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮੁਲਤਾਨ ਗਏ, ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ। ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ, ਹੁਣ ਵੀ ਮੈਂ ਰਾਤ ਦੇ ਚਾ, ਮੈਂ ਪਾਕਪਟਨ ਵੀ ਜਾਂਦਾ ਕਈ ਵਾਰੀ, ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ। ਉੱਥੇ ਜਾ ਕੇ ਫਿਰ ਪਹਿਲੀ ਪਾਤਸ਼ਾਹੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ 'ਚ ਸੁਸ਼ੋਭਿਤ ਆ, ਇਸ ਕਰਕੇ ਨਤਮਸਤਕ ਹੋਇਆ ਮੈਂ। ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ, ਇੱਥੇ ਦਾ ਗੁਲਾਮ, ਇੱਥੇ ਦਾ ਨੌਕਰ ਬਣਿਆ ਰਹਾਂ, ਕਦੀ ਸਿਆਸਤਦਾਨ ਨਾ ਬਣਾ।